ਮੰਨੇ ਪਾਵੇ ਮੋਖ ਦੁਆਰੇ, ਮੰਨੇ ਪਰਵਾਰੇ ਸਾਧਾਰੇ, ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮੰਨੀਏ ਦੀ ਇਸ ਪੌੜੀ ਵਿੱਚ ਮੇਰੇ ਪਾਤਸ਼ਾਹ ਦਾ ਫਰਮਾਨ ਹੈ, ਜੋ ਉਸ ਪਰਿਪੂਰਨ ਪਰਮਾਤਮਾ ਅਗਮ ਅਗੋਚਰ ਅਦ੍ਰਿਸ਼ਟ ਅਗੋਚਰ ਨੂੰ ਮੰਨ ਲੈਂਦੇ ਨੇ, ਉਹਨਾਂ ਨੂੰ ਮੋਖ ਦੁਆਰ ਦੀ ਪ੍ਰਾਪਤੀ ਹੋ ਜਾਂਦੀ ਹੈ। ਮਨੁੱਖ ਦੀ ਪ੍ਰਾਣਾਂ ਦੇ ਅੰਦਰ ਗਹਿਰੇ ਤਲ ਦੇ ਵਿੱਚ ਜਿਹੜੀ ਚਾਹ ਹੈ, ਉਹ ਮੁਕਤੀ ਦੀ ਹੈ, ਮੁਕਤ ਹੋਣ ਦੀ ਹੈ, ਆਜ਼ਾਦ ਹੋਣ ਦੀ ਹੈ। ਗੁਲਾਮੀ ਦੁੱਖ ਹੈ, ਆਜ਼ਾਦੀ ਸੁੱਖ ਹੈ। ਗੁਲਾਮੀ ਵਿਪਤਾ ਹੈ, ਕਲੇਸ਼ ਹੈ, ਆਜ਼ਾਦੀ ਹੀ ਆਨੰਦ ਹੈ, ਖੇੜਾ ਹੈ, ਮਸਤੀ ਹੈ। ਇਸ ਨੂੰ ਕਹਿੰਦੇ ਬੰਧਨ ਹੀ ਦੁੱਖ ਨੇ, ਪਰ ਸੁਤੰਤਰਤਾ ਹੀ ਸੁੱਖ ਹੈ। ਸਵੈਮ ਦਾ ਤੰਤਰ, ਆਪਣੇ ਤੰਤਰ ਦੇ ਵਿੱਚ ਜੀਵਣਾ। ਕੋਈ ਬੰਧਨ ਨਹੀਂ, ਕੋਈ ਪਕੜ ਨਹੀਂ, ਕੋਈ ਖਿੱਚ ਨਹੀਂ, ਸਵੈਮ ਦਾ ਤੰਤਰ ਹੈ। ਹੁਣ ਨਿੱਜੀ ਸੁਭਾਅ ਹੈ, ਆਪਣਾ ਸੁਭਾਅ, ਤੇ ਆਪਣਾ ਸੁਭਾਅ ਮਨੁੱਖ ਦੇ ਕੋਲ ਆਤਮਕ ਸੁਭਾਅ ਹੈ। ਆਤਮਾ ਦੇ ਸੁਭਾਅ ਵਿੱਚ ਜੀ ਰਿਹਾ, ਸਵੈਮ ਦੇ ਤੰਤਰ ਵਿੱਚ ਜੀ ਰਿਹਾ। ਕੋਈ ਬੰਧਨ ਨਹੀਂ, ਕੋਈ ਪਕੜ ਨਹੀਂ। ਮਨੁੱਖ ਕਈ ਦਫਾ ਸੋਚਦਾ ਹੈ ਕਿ ਮੈਂ ਸਮਾਜਿਕ ਤੌਰ ਤੇ ਬੰਧਨਾਂ ਦੇ ਚਾਂ, ਰਾਜਨੀਤਿਕ ਤੌਰ ਤੇ ਗੁਲਾਮ ਹਾਂ, ਜਾਂ ਆਰਥਿਕ ਤੌਰ ਤੇ ਬੰਧਨਾਂ ਦੇ ਚਾਂ, ਗੁਲਾਮੀ ਭੋਗਣੀ ਪੈ ਰਹੀ ਹੈ, ਆਰਥਿਕ ਤੌਰ ਤੇ ਕਿਸੇ ਦੇ ਦਬਾਅ ਹੇਠ ਰਹਿਣਾ ਪੈ ਰਿਹਾ। ਸਮਾਜ ਦੀਆਂ ਐਸੀਆਂ ਰਸਮਾਂ ਨੇ ਜਿਨ੍ਹਾਂ ਨੂੰ ਇਹ ਮੰਨਣਾ ਵੀ ਨਹੀਂ ਚਾਹੁੰਦਾ, ਪਰ ਮਜਬੂਰੀ ਮੰਨਣਾ ਪੈਂਦਾ। ਰਾਜਨੀਤੀ ਦੇ ਐਸੇ ਕੁਛ ਨਿਯਮ ਨੇ ਜੋ ਦੁੱਖ ਤੇ ਸੰਤਾਪ ਨੂੰ ਜਨਮ ਦਿੰਦੇ ਨੇ, ਉਹਦੀ ਆਤਮਾ ਨੂੰ ਪੀੜਿਤ ਕਰਦੇ ਨੇ, ਪਰ ਫਿਰ ਵੀ ਮਜਬੂਰਨ ਉਸ ਨੂੰ ਮੰਨਣੇ ਪੈਂਦੇ ਨੇ। ਹਰ ਪੱਖੋਂ ਅਗਰ ਮਨੁੱਖ ਨੂੰ ਦੇਖੀਏ ਤਾਂ ਬਾਹਰੋਂ ਵੀ ਜਕੜਿਆ ਹੋਇਆ ਹੈ, ਅੰਦਰੋਂ ਵੀ ਜਕੜਿਆ ਹੋਇਆ। ਬਾਹਰ ਤੇ ਤਰ੍ਹਾਂ ਤਰ੍ਹਾਂ ਦੇ ਸਮਾਜ ਦੀ ਰਸਮਾਂ ਦੇ ਬੰਧਨ ਨੇ, ਹੋਰ ਆਰਥਿਕ ਬੰਧਨ ਨੇ, ਲੇਕਿਨ ਆਂਤਰਿਕ ਤਲ ਵਿੱਚ ਦੇਖੀਏ ਤਾਂ ਸਤਿਗੁਰੂ ਕਹਿੰਦੇ ਨੇ, ਨਾਨਕ ਔਗਣ ਜੇ ਤੜੇ ਤੇ ਤੜੇ ਗਲੀ ਜ਼ੰਜੀਰ। ਜਿੰਨੇ ਔਗਣ ਨੇ ਇਹ ਗਲ ਦੇ ਵਿੱਚ ਪਈ ਹੋਈ ਜ਼ੰਜੀਰ ਹੈ। ਤੇਰੇ ਗਲੇ ਤੌਕ ਪਗ ਬੇਰੀ, ਤੂੰ ਘਰ ਘਰ ਰਮਈਏ ਹੇਰੀ। ਭਗਤ ਕਬੀਰ ਕਹਿੰਦੇ ਨੇ, ਗਲ ਦੇ ਵਿੱਚ ਤੇਰੇ ਤੌਕ ਪਿਆ ਹੋਇਆ ਹੈ, ਫੰਦਾ ਪਿਆ ਹੈ, ਔਰ ਪੈਰ ਤੇਰੇ ਬੰਨੇ ਹੋਏ ਨੇ। ਤੇਰੇ ਗਲੇ ਤੌਕ ਪਗ ਬੇਰੀ, ਅਗਰ ਪੈਰ ਗਲਤ ਪਾਸੇ ਹੀ ਜਾ ਰਹੇ ਨੇ ਤੇ ਸਹੀ ਰਸਤੇ ਦੇ ਉੱਤੇ ਚੱਲਣ ਦੀ ਸਮਰੱਥਾ ਹੀ ਖੋ ਬੈਠੇ ਨੇ, ਪੈਰ ਬੰਧਨ ਦੇ ਵਿੱਚ ਨੇ, ਕੰਠ ਦੇ ਚੋਂ ਬੋਲ ਗਲਤ ਹੀ ਨਿਕਲ ਰਹੇ ਨੇ ਤੇ ਸਹੀ ਬੋਲਣਾ ਮਨੁੱਖ ਭੁੱਲ ਹੀ ਗਿਆ, ਤੋ ਗਲੇ ਵਿੱਚ ਫੰਦਾ ਪਿਆ ਹੈ। ਹੱਥ ਅਨਰਥ ਹੀ ਕਰ ਰਹੇ ਨੇ, ਵਿਗਾੜ ਰਹੇ ਨੇ, ਢਾਹ ਰਹੇ ਨੇ, ਉਸਾਰੀ ਕਰਨਾ ਹੱਥ ਭੁੱਲ ਹੀ ਗਏ ਨੇ, ਤੋ ਹੱਥਾਂ ਦੇ ਛੱਤ ਕੜੀ ਹੈ, ਹੱਥ ਇਸ ਦੇ ਬੱਝੇ ਹੋਏ ਨੇ।
ਰਸਨਾ ਮਿਥਿਆਈ ਬੋਲਦੀ ਹੈ, ਮਿਥਿਆਈ ਬੋਲਦੀ ਹੈ। ਸੱਚ ਬੋਲਣੋ ਮਰ ਹੀ ਗਈ ਹੈ, ਸਤ ਬਚਨ ਕਹਿਣੋ ਮੁਰਦਾ ਹੋ ਚੁੱਕੀ ਹੈ। ਤੋ ਸਮਝ ਲਓ ਮਿਥਿਆ ਬੋਲ ਦੇ ਬੰਧਨ ਰਸਨਾ ਨੂੰ ਪਏ ਹੋਏ ਨੇ। ਗਲਤ ਵੇਖਣਾ ਹੈ, ਸਹੀ ਵੇਖਣਾ ਭੁੱਲ ਹੀ ਗਏ, ਪਰ ਤਨ ਵੇਖਣਾ ਵਾਸ਼ਨਾ ਦੇ ਚ ਹੋ ਕੇ, ਪਰ ਧਨ ਵੇਖਣਾ ਲੋਭ ਦੇ ਚ ਹੋ ਕੇ। ਔਰ ਇਸ ਤਰ੍ਹਾਂ ਵੇਖਣੇ ਤੋਂ ਇਲਾਵਾ ਪਵਿੱਤਰਤਾ ਨਾਲ ਵੇਖਣਾ ਭੁੱਲ ਹੀ ਗਿਆ ਕੋਈ, ਤੋ ਦ੍ਰਿਸ਼ਟੀ ਨੂੰ ਪਰ ਤਨ ਤੇ ਪਰ ਧਨ ਦੇ ਬੰਧਨ ਪੈ ਗਏ ਨੇ। ਔਰ ਇਸ ਤਰ੍ਹਾਂ ਦੇ ਬੰਧਨ ਅਨੇਕਾਂ ਨੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਔਗਣ ਜੇਤੜੇ ਤੇਤੜੇ ਗਲੀ ਜ਼ੰਜੀਰ। ਔਗਣ ਹੈ ਨਾ ਕਿਤਨੇ ਮਨੁੱਖ ਦੇ ਕੋਲ। ਜਗਤਗੁਰੂ ਬਾਬੇ ਦਾ ਦੇ ਐਸਾ ਕਹਿਣਾ ਹੈ ਕਿ ਸਾਗਰ ਵਿੱਚ ਜਿਤਨਾ ਪਾਣੀ ਹੈ ਮਨੁੱਖ ਦੇ ਜੀਵਨ ਵਿੱਚ ਇਤਨੇ ਹੀ ਔਗਣ ਨੇ। ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮੇਰ ਉਪਾਓ ਡੁੱਬਦੇ ਪੱਥਰ ਤਾਰੇ। ਇਹ ਤੇ ਠੀਕ ਹੈ ਪ੍ਰਭੂ ਕਿ ਪੱਥਰ ਨਹੀਂ ਤਰਦੇ, ਲੱਕੜ ਤਰ ਸਕਦੀ ਹੈ, ਪੱਥਰ ਤੇ ਡੁੱਬਣਗੇ, ਪਰ ਪ੍ਰਭੂ ਅਸੀਂ ਤੇ ਪਾਪਾਂ ਕਰਕੇ ਪੱਥਰ ਹੋ ਚੁੱਕੇ ਹਾਂ। ਤੂੰ ਮਿਹਰ ਕਰ, ਤੂੰ ਬਖਸ਼ਿਸ਼ ਕਰ, ਆਪਣੀ ਮਿਹਰ ਦੀ ਬੇੜੀ ਦੇ, ਆਪਣਾ ਬਖਸ਼ਿਸ਼ ਭਰਾ ਹੱਥ ਦੇ, ਤਾਂ ਕਿ ਇਹ ਪੱਥਰ ਵੀ ਪਾਰ ਹੋਵਣ। ਇਤਿਹਾਸ ਹੈ, ਇੱਕ ਗਾਥਾ ਹੈ ਕਿ ਲੰਕਾ ਤੱਕ ਜਦ ਪੁੱਲ ਬਣਾਇਆ ਗਿਆ ਤਾਂ ਜਿਨ੍ਹਾਂ ਪੱਥਰਾਂ ਦੇ ਉੱਤੇ ਰਾਮ ਨਾਮ ਲਿਖਿਆ ਗਿਆ ਉਹ ਤੈਰਦੇ ਗਏ, ਉਹਨਾਂ ਤੈਰਦੇ ਹੋਏ ਪੱਥਰਾਂ ਦਾ ਪੁੱਲ ਬਣ ਗਿਆ। ਗੱਲ ਇਤਨੀ ਹੈ ਕਿ ਅਗਰ ਕੋਈ ਪੱਥਰ ਦਿਲ ਹੈ, ਪੱਥਰ ਦਿਮਾਗ ਹੈ, ਕਠੋਰ ਹੈ, ਅਤਿਅੰਤ ਕਠੋਰ ਹੈ, ਇਤਨਾ ਜੈਸਾ ਕਿ ਪੱਥਰ, ਪਰ ਜੇ ਕਿਧਰੇ ਦਿਲ ਦਿਮਾਗ ਤੇ ਰਾਮ ਦਾ ਨਾਮ ਉਕਰਿਆ ਜਾਏ, ਰਸਨਾ ਕਿਧਰੇ ਪ੍ਰਭੂ ਦਾ ਨਾਮ ਉਚਾਰਨ ਕਰਨ ਲੱਗ ਪਏ, ਤੋ ਇਹ ਪੱਥਰ ਵੀ ਤੈਰ ਪੈਂਦੇ ਨੇ, ਇਹ ਪੱਥਰ ਵੀ ਬਹੁ ਸਾਗਰ ਤੋਂ ਪਾਰ ਹੋ ਜਾਂਦੇ ਨੇ। ਤੋ ਸਾਹਿਬ ਕਹਿੰਦੇ ਨੇ, ਜਿਤਨਾ ਸਾਗਰ ਵਿੱਚ ਪਾਣੀ ਹੈ ਮਨੁੱਖ ਦੇ ਕੋਲ ਤੇ ਇਤਨੇ ਹੀ ਔਗਣ ਨੇ, ਤੇ ਹਰ ਔਗਣ ਇੱਕ ਬੰਧਨ ਹੈ, ਤੇ ਬੰਧਨ ਦੁੱਖ ਹੈ, ਬੰਧਨ ਵਿਪਤਾ ਹੈ, ਬੰਧਨ ਕਲੇਸ਼ ਹੈ। ਮਨੁੱਖ ਸੁਤੰਤਰਤਾ ਚਾਹੁੰਦਾ ਹੈ, ਪਰ ਕੌਣ ਦੱਸੇ ਬਾਹਰ ਦੀ ਪਤੰਤਰਤਾ ਮਨੁੱਖ ਜਦੋ ਜਹਿਦ ਕਰਕੇ ਕਈ ਦਫ਼ਾ ਦੂਰ ਵੀ ਸੁੱਟ ਦਿੰਦਾ ਹੈ। ਬਾਹਰੋਂ ਸੁਤੰਤਰਤਾ ਹਾਸਲ ਕਰ ਲੈਂਦਾ ਹੈ, ਲੇਕਿਨ ਮਾਨਸਿਕ ਤਲ ਤੇ ਗੁਲਾਮ ਹੀ ਰਹਿ ਜਾਂਦਾ ਹੈ। ਔਗੁਣਾਂ ਦੇ ਬੰਧਨ ਮਨ ਨੂੰ ਪੈ ਹੀ ਰਹਿ ਜਾਂਦੇ ਨੇ। ਤੇ ਮੇਰੇ ਪਾਤਸ਼ਾਹ ਫਰਮਾਨ ਕਰਦੇ ਨੇ, ਮੰਨੇ ਪਾਵੇ ਮੋਖ ਦੁਆਰ। ਜੋ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹਨਾਂ ਨੂੰ ਮੋਖ ਦੁਆਰ ਦੀ ਪ੍ਰਾਪਤੀ ਹੁੰਦੀ ਹੈ, ਮੁਕਤੀ ਦਾ ਦੁਆਰ ਜਿੱਥੇ ਕੋਈ ਵੀ ਬੰਧਨ ਨਹੀਂ। ਸਾਰੀਆਂ ਜ਼ੰਜੀਰਾਂ ਟੁੱਟ ਗਈਆਂ, ਸਾਰੇ ਬੰਧਨ ਟੁੱਟ ਗਏ। ਮੰਨੇ ਪਰਵਾਰੇ ਸਾਧਾਰ। ਜੋ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ ਉਹ ਪਰਿਵਾਰ ਦਾ ਵੀ ਆਸਰਾ ਬਣਦੇ ਨੇ। ਜੈ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਜੋ ਪਿੱਤਰ ਅਜੇ ਜਨਮ ਤੇ ਮਰਨ ਦੇ ਗੇੜ ਦੇ ਚ ਪਏ ਨੇ, ਅਗਰ ਕੋਈ ਨਾਮ ਇੱਕ ਮਨ ਹੋ ਕੇ ਜਪ ਰਿਹਾ ਤੇ ਪਰਮਾਤਮਾ ਦਾ ਪੂਰਨ ਭਰੋਸਾ ਉਸਨੇ ਆਪਣੇ ਅੰਤਰ ਆਤਮੇ ਚ ਪੈਦਾ ਕਰ ਲਿਆ,
ਤਾਂ ਇਸ ਭਰੋਸੇ ਦਾ ਸਦਕਾ, ਇਸ ਮਨ ਲੈਣ ਬਿਰਤੀ ਦਾ ਸਦਕਾ ਉਹਦੇ ਪਿੱਤਰਾਂ ਦਾ ਵੀ ਉਧਾਰ ਹੋ ਜਾਂਦਾ ਹੈ। ਉਹਦਾ ਅਧਿਆਤਮਕ ਬਲ ਪਿੱਤਰਾਂ ਤੱਕ ਪਹੁੰਚ ਜਾਂਦਾ ਹੈ। ਸਤਿਗੁਰ ਦਾ ਵਾਕ ਜਹ ਸਿਮਰਤ ਸਭ ਕਿਲ ਵਿਖ ਨਾਸੇ ਪਿਤਰੀ ਹੋਏ ਉਧਾਰੋ। ਐਸਾ ਜਿਹੜਾ ਮਨੁੱਖ ਹੈ ਉਹ ਪਰਿਵਾਰ ਦਾ ਸਹਾਰਾ ਬਣਦਾ ਹੈ, ਗੁਜ਼ਰੇ ਹੋਏ ਪਿੱਤਰਾਂ ਦਾ, ਤੇ ਹੁਣ ਜੋ ਉਸਦੇ ਕੋਲ ਪਰਿਵਾਰ ਹੈ, ਪਤਨੀ ਹੈ, ਬੱਚੇ ਨੇ, ਮਾਂ ਹੈ, ਬਾਪ ਹੈ, ਉਹਨਾਂ ਦਾ ਵੀ ਸਹਾਰਾ ਬਣਦਾ ਹੈ, ਉਹਨਾਂ ਦਾ ਵੀ ਆਧਾਰ ਬਣਦਾ ਹੈ। ਉਹਨੂੰ ਰਸ ਵਿੱਚ ਡੁੱਬਿਆ ਵੇਖ ਕੇ, ਉਹਨੂੰ ਖਿੜਾ ਮਸਤਕ ਵੇਖ ਕੇ, ਉਹਨੂੰ ਸਬਰ ਸੰਤੋਖ ਵਿੱਚ ਵੇਖ ਕੇ ਕੁਛ ਮਾਂ ਨੂੰ ਵੀ ਪ੍ਰੇਰਨਾ ਮਿਲਦੀ ਹੈ, ਕੁਝ ਪਿਤਾ ਦੀ ਵੀ ਢਾਰਸ ਬਣਦੀ ਹੈ, ਕੁਝ ਪਤਨੀ ਨੂੰ ਵੀ ਜੀਵਨ ਦਾ ਢੰਗ ਆ ਜਾਂਦਾ ਹੈ, ਕੁਝ ਬੱਚਿਆਂ ਤੇ ਵੀ ਅਸਰ ਪੈਂਦਾ ਹੈ। ਇਸ ਵਾਸਤੇ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਜੋ ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਹਸਤੀ ਮੰਨ ਲੈਂਦੇ ਨੇ ਉਹ ਪਰਿਵਾਰ ਦਾ ਆਸਰਾ ਬਣ ਜਾਂਦੇ ਨੇ, ਉਹ ਪਰਿਵਾਰ ਦੀ ਢਾਰਸ ਬਣ ਜਾਂਦੇ ਨੇ। ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ। ਜਿਸਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ, ਐਸਾ ਜੋ ਗੁਰੂ ਹੈ ਉਹ ਆਪ ਤੇ ਤਰਦਾ ਹੈ, ਪਰ ਆਪਣੀ ਸਿੱਖਿਆ ਦੇ ਆਸਰੇ ਤੇ ਸਿੱਖਾਂ ਨੂੰ ਵੀ ਤਾਰਦਾ ਹੈ। ਭਾਵ ਜੋ ਗੁਰਸਿੱਖਿਆ ਨੂੰ ਧਾਰਨ ਕਰ ਲੈਂਦਾ ਹੈ, ਆਪ ਤਰਦਾ ਹੈ, ਹੋਰਾਂ ਨੂੰ ਵੀ ਤਾਰਦਾ ਹੈ। ਤਰਨ ਲਈ ਸਿੱਖਿਆ ਹੀ ਸਹਾਰਾ ਹੈ, ਤਰਨ ਲਈ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ। ਭਗਤ ਕਬੀਰ ਬੜੀ ਕੀਮਤੀ ਗੱਲ ਆਖਦੇ ਨੇ ਕਿ ਮਨੁੱਖ ਦੀ ਜ਼ਿੰਦਗੀ ਦਾ ਬੇੜਾ ਜਰਜਰਾ ਹੋ ਚੁੱਕਿਆ, ਪੁਰਾਣਾ ਹੋ ਗਿਆ, ਤੇ ਬੇੜੀ ਨਿਰੀ ਪੁਰਾਣੀ ਹੀ ਨਹੀਂ ਹੋਈ ਬਲਕਿ ਹਜ਼ਾਰਾਂ ਤਰ੍ਹਾਂ ਦੇ ਛਿੱਦਰ ਨੇ, ਸੁਰਾਖ ਨੇ। ਸੁਰਾਖ ਇੱਕ ਵੀ ਬੇੜੀ ਦੇ ਚ ਹੋਵੇ ਤੇ ਬੇੜੀ ਦੀ ਡੁੱਬਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਇੱਕ ਸੁਰਾਖ ਦੇ ਰਾਹੀਂ ਵੀ ਇਤਨਾ ਅੰਤਰ ਪਾਣੀ ਪ੍ਰਵੇਸ਼ ਕਰ ਜਾਂਦਾ ਹੈ ਕਿ ਬੇੜੀ ਡੁੱਬਣ ਲੱਗ ਪੈਂਦੀ ਹੈ, ਹਿਲੋਰੇ ਖਾਣ ਲੱਗ ਪੈਂਦੀ ਹੈ। ਪਰ ਜਿਸ ਬੇੜੀ ਦੇ ਚ ਹਜ਼ਾਰਾਂ ਸੁਰਾਖ ਨੇ, ਐਸੀ ਬੇੜੀ ਦੀ ਪਾਰ ਕਿਨਾਰੇ ਤੱਕ ਪਹੁੰਚਣ ਦੀ ਸੰਭਾਵਨਾ ਬਿਲਕੁਲ ਘੱਟ ਹੈ। ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਬੂੜੇ ਜਿਨ ਸਿਰ ਭਾਰ। ਮਾਸੂਮ ਬੱਚਾ ਹੈ, ਨਵੀਂ ਬੇੜੀ ਹੈ, ਛਿੱਦਰ ਕੋਈ ਵੀ ਨਹੀਂ। ਜਵਾਨ ਹੈ, ਬੇੜੀ ਤੇ ਅਜੇ ਨਵੀਂ ਹੈ ਪਰ ਕੁਝ ਛਿੱਦਰ ਹੋ ਗਏ ਨੇ, ਕੁਝ ਪਾਪਾਂ ਦੇ ਛਿੱਦਰ ਹੋ ਗਏ ਨੇ, ਕੁਝ ਗੁਨਾਹਾਂ ਦੇ ਸੁਰਾਖ ਹੋ ਗਏ ਨੇ। ਬੇੜੀ ਬੁੱਢੀ ਹੋ ਗਈ ਹੈ, ਉਮਰ ਬੁੱਢੀ ਹੋ ਗਈ ਹੈ, ਹੁਣ ਤੇ ਛਿੱਦਰ ਹੀ ਛਿੱਦਰ ਨੇ, ਹੁਣ ਤੇ ਸੁਰਾਖ ਹੀ ਸੁਰਾਖ ਨੇ। ਇੱਕ ਤੇ ਸੁਰਾਖ ਹੀ ਸੁਰਾਖ ਨੇ, ਬੇੜੀ ਪੁਰਾਣੀ ਹੋ ਚੁੱਕੀ ਹੈ, ਤੋ ਭਗਤ ਕਬੀਰ ਕਹਿੰਦੇ ਨੇ ਤੇ ਡੁੱਬੇਗੀ। ਤੇ ਦੂਜਾ, ਹੋਰ ਮਨੁੱਖ ਨੇ ਗਜ਼ਬ ਕੀਤਾ ਹੈ, ਉਸ ਬੇੜੀ ਦੇ ਉੱਤੇ ਲੱਦ ਲਏ ਨੇ ਪੱਥਰ। ਜਿਸ ਬੇੜੀ ਦੇ ਚ ਹਜ਼ਾਰਾਂ ਤਰ੍ਹਾਂ ਦੇ ਸੁਰਾਖ ਨੇ, ਉਹਦੇ ਚ ਲੱਦ ਲਏ ਨੇ ਪੱਥਰ, ਲੱਦੇ ਨੇ ਔਗਣ, ਲੱਦੇ ਨੇ ਪਾਪ, ਤੇ ਅਨੇਕਾਂ ਤਰ੍ਹਾਂ ਦੇ ਧੱਬੇ ਛਿੱਦਰ ਸੁਰਾਖ ਪਹਿਲੇ ਹੀ ਨੇ। ਤੋ ਆਪ ਕਹਿੰਦੇ ਨੇ ਕਬੀਰ ਬੇੜਾ ਜਰਜਰਾ ਫੂਟੇ ਛੇਕ ਹਜ਼ਾਰ, ਹਰੂਏ ਹਰੂਏ ਤਿਰ ਗਏ ਬੂਡੇ ਜਿਨ ਸਿਰ ਭਾਰ। ਜਿਨ੍ਹਾਂ ਨੇ ਆਪਣੇ ਸਿਰ ਤੇ ਬਹੁਤਾ ਹੀ ਭਾਰ ਚੁੱਕ ਲਿਆ, ਔਰ ਬੇੜੀ ਵੀ ਪੁਰਾਣੀ ਹੈ, ਛਿੱਦਰ ਵੀ ਜ਼ਿਆਦਾ ਨੇ, ਉਹ ਤੇ ਡੁੱਬਣਗੇ, ਪਰ ਜਿਨ੍ਹਾਂ ਦੀ ਬੇੜੀ ਹੌਲੀ ਹੈ, ਛਿੱਦਰ ਵੀ ਕੋਈ ਨਹੀਂ, ਉਹ ਤੇ ਪਾਰਲੇ ਕੰਢੇ ਤੇ ਜਾ ਪਹੁੰਚਣਗੇ।
ਉਹਨਾਂ ਨੂੰ ਪਾਰਲਾ ਖੰਡਾ ਨਸੀਬ ਹੋਵੇਗਾ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਬੇਕਾਰ ਪਾਥਰ ਗਲੇ ਬਾਂਧੇ ਨਿੰਦ ਪੋਟ ਸਿਧਾ। ਮਨੁੱਖ ਵਿਕਾਰਾਂ ਰੂਪੀ ਪੱਥਰਾਂ ਦੀ ਮਾਲਾ ਬਣਾ ਕੇ ਗਲ ਦੇ ਚ ਪਾ ਲੈਂਦਾ ਤੇ ਨਿੰਦਾ ਦੀ ਪੰਡ ਸਿਰ ਤੇ ਚੁੱਕ ਲੈਂਦਾ। ਮਹਾਂ ਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ, ਤੇ ਜਿੱਥੋਂ ਪਾਰ ਹੋਣਾ ਲੰਘਣਾ ਉੱਥੇ ਮਹਾਂਸਾਗਰ ਹੈ, ਉੱਥੇ ਤੇ ਬੜੀਆਂ ਲਹਿਰਾਂ ਨੇ ਤੇ ਬੰਦਾ ਉਂਝ ਸਰੀਰ ਕਰਕੇ ਬੋਝਲ ਹੈ, ਬਾਰੂ ਹੈ। ਗਲੇ ਵਿੱਚ ਪੱਥਰਾਂ ਦੀ ਮਾਲਾ ਪਹਿਨ ਲਈਏ, ਸਿਰ ਤੇ ਨਿੰਦਾ ਦੀ ਪੰਡ ਚੁੱਕ ਲਈਏ, ਹੁਣ ਇਹ ਪਾਰ ਹੋਵੇ ਤਾਂ ਕਿਸ ਤਰ੍ਹਾਂ ਹੋਵੇ, ਇਹ ਤੇ ਡੁੱਬੇਗਾ, ਲਾਜ਼ਮੀ ਡੁੱਬੇਗਾ। ਇੱਕ ਆਲਮ ਕਹਿੰਦਾ, ਜਬ ਕਿਸ਼ਤੀ ਸਾਬਤੋ ਸਾਲਮ ਥੀ, ਮਨਜ਼ਿਲ ਕੀ ਤਮੰਨਾ ਕਿਸ ਕੋ ਥੀ। ਜਦ ਕਿਸ਼ਤੀ ਸੁਰਾਖਾਂ ਤੋਂ ਬਿਨਾਂ ਸੀ, ਨਵੀਂ ਸੀ, ਨਿਕੋਰ ਸੀ, ਬੇਦਾਗ ਜ਼ਿੰਦਗੀ ਸੀ, ਪਾਰ ਜਾਣ ਦਾ ਖਿਆਲ ਹੀ ਨਾ ਪੈਦਾ ਹੋਇਆ, ਪ੍ਰਭੂ ਚਿੰਤਨ ਕਰਨ ਦਾ ਅੰਦਰ ਭਾਵ ਹੀ ਨਹੀਂ ਪੈਦਾ ਹੋਇਆ, ਪਰ ਹੁਣ ਵਿਕਾਰਾਂ ਦੇ ਅਨੇਕਾਂ ਸੁਰਾਖ ਹੋ ਗਏ। ਬੇੜੀ ਪੁਰਾਣੀ ਹੋ ਗਈ, ਜਬ ਕਿਸ਼ਤੀ ਸਾਬਤੋ ਸਾਲਮ ਥੀ, ਮੰਜ਼ਿਲ ਕੀ ਤਮੰਨਾ ਕਿਸ ਕੋ ਥੀ। ਅਬ ਐਸੀ ਸ਼ਿਕਸਤਾ ਕਿਸ਼ਤੀ ਪਰ, ਮੰਜ਼ਿਲ ਕੀ ਤਮੰਨਾ ਕੌਣ ਕਰੇ। ਹੁਣ ਇਸ ਤਰ੍ਹਾਂ ਦੀ ਫੱਟੀ ਪੁਰਾਣੀ ਬੇੜੀ ਨੂੰ ਵੇਖ ਕੇ, ਛਿਦਰਾਂ ਨਾਲ ਭਰੀ ਹੋਈ ਬੇੜੀ ਨੂੰ ਵੇਖ ਕੇ, ਪਾਰ ਜਾਣ ਦੀ ਸੰਭਾਵਨਾ ਕੌਣ ਕਰੇ। ਮੁਸ਼ਕਿਲ ਹੈ, ਇਹ ਤੇ ਬੇੜੀ ਡੁੱਬੇਗੀ। ਪਰ ਜੋ ਪਰਮਾਤਮਾ ਦਾ ਨਾਮ ਜਪਦੇ ਨੇ, ਜਪਦਿਆਂ ਹੀ ਛਿੱਦਰ ਭਰਨੇ ਸ਼ੁਰੂ ਹੋ ਜਾਂਦੇ ਨੇ। ਜੋ ਪਰਮਾਤਮਾ ਦੀ ਹਸਤੀ ਨੂੰ ਸਿਦਕ ਨਾਲ ਕਬੂਲ ਕਰ ਲੈਂਦੇ ਨੇ, ਭਰੋਸਾ ਬੱਝ ਜਾਂਦਾ ਹੈ ਜਿਨ੍ਹਾਂ ਦਾ, ਪੂਰਨ ਤੌਰ ਤੇ ਮੰਨ ਲੈਂਦੇ ਨੇ, ਮਨ ਲੈਣ ਨਾਲ ਹੀ ਸਾਰੇ ਛਿੱਦਰ ਢੱਕ ਜਾਂਦੇ ਨੇ। ਜੇ ਪ੍ਰਸਾਦ ਤੇਰੇ ਅਨੇਕ ਛਿੱਦਰ ਢਾਕੇ, ਪ੍ਰਭੂ ਦੀ ਬਖਸ਼ਿਸ਼ ਦੇ ਨਾਲ ਮਨੁੱਖ ਦੇ ਸਾਰੇ ਸੁਰਾਖ ਢੱਕ ਜਾਂਦੇ ਨੇ, ਸਾਰੇ ਗੁਨਾਹ ਢੱਕ ਜਾਂਦੇ ਨੇ, ਗੁਨਾਹਾਂ ਤੇ ਕਪੜਾ ਆ ਜਾਂਦਾ ਹੈ, ਗੁਨਾਹਾਂ ਦੇ ਉੱਤੇ ਬਖਸ਼ਿਸ਼ ਦਾ, ਰਹਿਮਤ ਦਾ ਚੋਲਾ ਆ ਜਾਂਦਾ ਹੈ, ਚੱਦਰ ਆ ਜਾਂਦੀ ਹੈ, ਜਿਸ ਦੇ ਨਾਲ ਮਨੁੱਖ ਢਕਿਆ ਜਾਂਦਾ। ਤੋ ਸਾਹਿਬ ਕਹਿੰਦੇ, ਜੋ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ, ਉਹ ਆਪ ਤੇ ਤਰਦੇ ਨੇ, ਸਿੱਖਿਆ ਦੁਆਰਾ ਆਪਣੇ ਸਿੱਖਾਂ ਨੂੰ ਵੀ ਤਾਰਦੇ ਨੇ, ਨਾਲ ਦੇ ਸਾਥੀਆਂ ਨੂੰ ਵੀ ਤਾਰਦੇ ਨੇ। ਮੰਨੇ ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਭਵੇ ਨਾ ਭਿੱਖ। ਜੋ ਪਰਮਾਤਮਾ ਦੇ ਨਾਮ ਨੂੰ ਮੰਨ ਲੈਂਦੇ ਨੇ, ਉਹ ਭੇਖਾਂ ਦੇ ਚ ਨਹੀਂ ਭਟਕਦੇ, ਉਹ ਦਰ ਦਰ ਤੇ ਭਿੱਖ ਨਹੀਂ ਮੰਗਦੇ, ਭਿਖਾਰੀਪਣਾ ਖਤਮ ਹੋ ਜਾਂਦਾ, ਔਰ ਭੇਖਾਂ ਦੀ ਭਟਕਣਾ ਵੀ ਉਹਨਾਂ ਦੀ ਖਤਮ ਹੋ ਜਾਂਦੀ ਹੈ। ਇਹ ਭੇਖ ਧਾਰਨ ਕਰਨਾ, ਉਹ ਭੇਖ ਧਾਰਨ ਕਰਨਾ, ਇਸ ਰਸਤੇ ਤੇ ਭਟਕਣਾ, ਉਸ ਰਸਤੇ ਤੇ ਭਟਕਣਾ, ਇਹ ਸਾਰੀ ਧਾਵਣਾ ਉਹਨਾਂ ਦੀ ਮਿਟ ਜਾਂਦੀ ਹੈ, ਉਹਨਾਂ ਨੂੰ ਸਦੀਵੀ ਟਿਕਾਓ ਨਸੀਬ ਆਉਂਦਾ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਪਰਮਾਤਮਾ ਦਾ ਨਾਮ ਐਸਾ ਕਾਲਕ ਤੋਂ ਰਹਿਤ ਹੈ, ਧਬਿਆਂ ਤੋਂ ਰਹਿਤ ਹੈ, ਕੋਈ ਮਨ ਲਵੇ ਸਹੀ ਤਾਂ ਇਸ ਰਸ ਨੂੰ ਉਹ ਜਾਣ ਲਵੇਗਾ। ਕਿਸੇ ਦੇ ਅੰਦਰ ਪੂਰਨ ਤੌਰ ਤੇ ਭਰੋਸਾ ਬੱਝ ਜਾਏ, ਵਿਸ਼ਵਾਸ ਬੱਝ ਜਾਏ, ਤਾਂ ਇਸ ਗੱਲ ਦਾ ਉਸੇ ਨੂੰ ਹੀ ਪਤਾ ਚੱਲੇਗਾ ਕਿ ਜੋ ਮਨ ਲੈਂਦਾ ਹੈ ਭਉ ਸਾਗਰ ਤੋਂ ਪਾਰ ਹੋ ਜਾਂਦਾ ਹੈ, ਜੋ ਮਨ ਲੈਂਦਾ ਹੈ ਉਹਨੂੰ ਮੋਖ ਦੁਆਰ ਦੀ ਪ੍ਰਾਪਤੀ ਹੋ ਜਾਂਦੀ ਹੈ, ਜੋ ਮਨ ਲੈਂਦਾ ਹੈ ਉਹ ਪਰਿਵਾਰ ਦਾ ਆਸਰਾ ਬਣ ਜਾਂਦਾ ਹੈ, ਜੋ ਮਨ ਲੈਂਦਾ ਹੈ ਉਹਦੀ ਸਿੱਖਿਆ ਨਾਲ ਦੂਜੇ ਵੀ ਤਰਦੇ ਨੇ, ਦੂਜੇ ਵੀ ਭਉ ਸਾਗਰ ਤੋਂ ਪਾਰ ਹੋ ਜਾਂਦੇ ਨੇ, ਔਰ ਜੋ ਮਨ ਲੈਂਦਾ ਹੈ ਉਹ ਉਹਨਾਂ ਰਸਤਿਆਂ ਤੇ ਨਹੀਂ ਚੱਲਦਾ
ਜਿਸ ਰਸਤੇ ਤੇ ਵਿਘਨ ਨੇ, ਰੋਕਾਂ ਨੇ, ਠਾਕ ਹੈ, ਇਸ ਤਰੀਕੇ ਦੇ ਨਾਲ ਉਹ ਪਰਮ ਪਦ ਪ੍ਰਾਪਤ ਕਰ ਲੈਂਦਾ ਹੈ। ਪਰਮਾਤਮਾ ਦਾ ਨਾਮ ਮਨ ਲੈਣ ਨਾਲ ਪਰਮਾਤਮਾ ਦੀ ਲੀਨਤਾ ਨਸੀਬ ਹੋ ਜਾਂਦੀ ਹੈ, ਪਰਮਾਤਮਾ ਵਾਲੇ ਗੁਣ ਉਸਦੇ ਅੰਤਰ ਆਤਮ ਵਿੱਚ ਪੈਦਾ ਹੋ ਜਾਂਦੇ ਨੇ। ਇਸ ਵਾਸਤੇ ਸਤਿਗੁਰ ਕਹਿੰਦੇ ਨੇ ਕਿ ਇਹ ਅਵਸਥਾ ਇਸ ਢੰਗ ਦੀ ਗੁਪਤ ਹੈ, ਦੂਜੇ ਤੀਜੇ ਨੂੰ ਪਤਾ ਨਹੀਂ ਚੱਲਦਾ।